ਸੇਵਾ ਮੈਂ ਲੋਕਡਾਊਨ ਦੇ ਵਿੱਚ ਸ਼ੁਰੂ ਕੀਤੀ ਸੀਗੀ। ਹਾਂਜੀ ਤੇ ਕੁਝ ਖਾਸ ਇਦਾਂ ਦਾ ਹੋਇਆ ਲਾਈਫ ਦੇ ਵਿੱਚ ਜਾਂ ਵੈਸੇ ਹੀ ਮਨ ਦੇ ਵਿੱਚ ਵਿਚਾਰ ਆਇਆ? ਉਹਨਾਂ ਦੇ ਕੋਲ ਮਿਡਲ ਕਲਾਸ ਫੈਮਿਲੀ ਕੋਲ ਕਾਫੀ ਲੋਕਾਂ ਦੀ ਨੌਕਰੀਆਂ ਚਲੀ ਗਈਆਂ ਸੀਗੀਆਂ ਤੇ ਕਾਰੋਬਾਰ ਬੰਦ ਹੋ ਚੁੱਕੇ ਸੀਗੇ। ਕਾਫੀ ਮੈਨੂੰ ਨੈਗੇਟਿਵਿਟੀਜ਼ ਆਈਆਂ ਕਿ ਤੈਨੂੰ ਸ਼ਰਮ ਨਹੀਂ ਆਊਗੀ, ਤੂੰ ਇਦਾਂ ਦਾ ਕੰਮ ਕਰੇਂਗੀ, ਹੁਣ ਤੂੰ ਲੋਕਾਂ ਨੂੰ ਰੋਟੀ ਖਵਾਏਂਗੀ, ਦਸ ਦਸ ਰੁਪਏ ਦਸ ਦਸ ਰੁਪਏ ਤੂੰ ਇਕੱਠੇ ਕਰੇਂਗੀ, ਤੈਨੂੰ ਸ਼ਰਮ ਨਹੀਂ ਆਉਣੀ। ਮੈਂ ਕਿ ਨਹੀਂ ਆਉਣੀ, ਹੁਣ ਮੈਨੂੰ ਕਾਰਪੋਰੇਸ਼ਨ ਵਾਲੇ ਬੜਾ ਤੰਗ ਕਰਦੇ ਆ। ਓਕੇ ਤੇ ਮੈਨੂੰ ਕਹਿੰਦੇ ਕਿ ਤੁਸੀਂ ਲੋਕਾਂ ਨੂੰ, ਗਰੀਬ ਲੋਕਾਂ ਨੂੰ ਖਵਾਉਣਾ ਨਹੀਂ ਖਵਾਉਣਾ ਹੈਗਾ, ਤੁਸੀਂ ਸਾਨੂੰ ਮਤਲਬ ਸਾਡਾ ਹਿੱਸਾ ਦੇ ਦਿਆ ਕਰੋ। जी मैं बहुत साथ है या काफी जेड़े लोग मेरे नाल जुड़े आ, मेरे को 200-250 बंदा डेली खाना खाता है जी। बहुत बढ़िया खाना लग रहा है 20 रुपए में। मैं उत्तराखंड से आया हूँ। टेस्ट भाजी बहुत बढ़िया, मक्की की रोटी इदा लगती है जिदा घर की रोटी खाने होने, सानू इदा दा टेस्ट आता, बहुत बढ़िया लगता रोटी खा के। ਮੈਂ ਪਰਮਿੰਦਰ ਕੌਰ ਤੇ ਮੇਰੇ ਵੱਲੋਂ ਸਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਆਪਾਂ ਆਏ ਸੀਗੇ ਜਲੰਧਰ ਤੇ ਇੱਥੇ ਦੇਖਿਆ ਮੈਂ ਕਿ ਮੇਰੀ ਭੈਣ ਬਹੁਤ ਹੀ ਵਧੀਆ ਜਿਹੜੀ ਸੇਵਾ ਨਿਭਾ ਰਹੇ ਆ, ਤੇ ਉਹ ਕਿਹੜੀ ਸੇਵਾ ਨਿਭਾ ਰਹੇ ਆ ਤੇ ਉਹਨਾਂ ਨੇ ਇਹ ਕੰਮ ਜਿਹੜਾ ਆ ਉਹ ਕਿੱਦਾਂ ਸ਼ੁਰੂ ਕੀਤਾ, ਇਹ ਸੋਚ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਆਈ, ਸੋ ਅੱਜ ਆਪਾਂ ਕਰਾਂਗੇ ਇਹ ਵਿਚਾਰ ਸਾਂਝੇ ਮੇਰੀ ਭੈਣ ਦੇ ਨਾਲ। ਸੋ ਹੁਣ ਆਪਾਂ ਮਿਲਦੇ ਆ ਜੀ ਉਸ ਭੈਣ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਆਸ਼ਾ। ਕੁਸ਼ਚਨਿੰਗ ਤੋਂ ਵੀ ਪਹਿਲਾਂ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਤੁਹਾਡੀ ਇਸ ਭਾਵਨਾ ਨੂੰ ਦਿਲੋਂ ਸਲਿਊਟ ਆ ਕਿ ਤੁਸੀਂ ਇੰਨਾ ਮਤਲਬ ਵਧੀਆ ਜਿਹੜੀ ਸੇਵਾ ਨਿਭਾ ਰਹੇ ਜਿੱਥੇ ਕਿ ਘੱਟ ਤੋਂ ਘੱਟ ਜਿਹੜੇ ਆਪਾਂ ਕਹੀਏ ਕਿ ਕਮਾਉਣ ਵਾਲੇ ਵੀ ਪੇਟ ਭਰ ਕੇ ਖਾਣਾ ਖਾ ਸਕਦੇ ਆ, ਹੈ ਨਾ। ਬਹੁਤ ਵਧੀਆ ਮਤਲਬ ਲੱਗਾ ਦੇਖ ਕੇ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਇੱਦਾਂ ਦੀ ਸੇਵਾ ਭਾਵਨਾ ਸਾਡੇ ਭੈਣਾਂ ਭਰਾ ਰੱਖਦੇ ਆ। ਮੈਮ ਕਦੋਂ ਤੋਂ ਤੁਸੀਂ ਇਹ ਸ਼ੁਰੂ ਕੀਤੀ ਮਤਲਬ ਇਹ ਆਪਣੀ ਸੇਵਾ ਜਿਹੜੀ ਤੁਸੀਂ ਨਿਭਾ ਰਹੇ ਹੋ? ਇਹ ਸੇਵਾ ਮੈਂ ਲੋਕਡਾਊਨ ਦੇ ਵਿੱਚ ਸ਼ੁਰੂ ਕੀਤੀ ਸੀਗੀ। ਓਕੇ ਹਾਂਜੀ। ਤੇ ਕੁਝ ਖਾਸ ਇਦਾਂ ਦਾ ਹੋਇਆ ਲਾਈਫ ਦੇ ਵਿੱਚ ਜਾਂ ਵੈਸੇ ਹੀ ਮਨ ਦੇ ਵਿੱਚ ਵਿਚਾਰ ਆਇਆ? ਨਹੀਂ, ਇਹ ਜਦ ਲੋਕਡਾਊਨ ਦੇ ਵਿੱਚ ਸਾਡੇ ਜਿੰਨੇ ਪ੍ਰਵਾਸੀ ਲੋਕ ਸੀ ਜਾਂ ਆਪਣੇ ਕਹਿ ਲਓ ਕਿ ਗਰੀਬ ਜਨਤਾ ਸੀਗੀ, ਉਹਨਾਂ ਦੇ ਕੋਲ ਮਿਡਲ ਕਲਾਸ ਫੈਮਿਲੀ ਕੋਲ ਕਾਫੀ ਲੋਕਾਂ ਦੀ ਨੌਕਰੀਆਂ ਚਲੀ ਗਈਆਂ ਸੀਗੀਆਂ ਤੇ ਕਾਰੋਬਾਰ ਬੰਦ ਹੋ ਚੁੱਕੇ ਸੀਗੇ ਤੇ ਜਿਹਨਾਂ ਕੋਲ ਖਾਣ ਨੂੰ ਕੁਛ ਵੀ ਨਹੀਂ ਸੀਗਾ। ਉਸ ਸਮੇਂ ਮੈਨੂੰ ਵਿਚਾਰ ਆਇਆ ਸੀ ਕਿ ਮੈਂ ਮੁਹਿੰਮ ਸ਼ੁਰੂ ਕਰਾਂ, ਤੇ ਮੈਂ ਜਦੋਂ ਕੀਤੀ ਸੀਗੀ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ, ਸਾਈ ਜੀ ਦੀ ਕਿਰਪਾ ਦੇ ਨਾਲ ਮੈਂ ਅੱਜ ਤੱਕ ਤੁਰੀ ਜਾਣ ਡਈ ਹਾਂ। ਤੇ ਜਦੋਂ ਤੁਸੀਂ ਇਹ ਸ਼ੁਰੂ ਕੀਤੀ ਸੀ ਸੇਵਾ, ਮਤਲਬ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਹਾਨੂੰ ਸਪੋਰਟ ਮਿਲੀ ਜਾਂ ਆਲੇ ਦੁਆਲੇ ਕਿਸੇ ਨੇ ਸਪੋਰਟ ਮਿਲੀ ਕਿ ਇਕੱਲਿਆਂ ਨੇ ਇਹ ਸਾਰਾ? ਨਹੀਂ ਜੀ, ਇਹ ਮੈਂ ਇਕੱਲੀ ਨੇ ਹੀ ਸ਼ੁਰੂ ਕੀਤਾ ਸੀਗਾ ਆਪਣੇ ਘਰੋਂ। ਓਕੇ। ਇੱਥੇ ਤੱਕ ਤਾਂ ਮੈਂ ਆਪਣੇ ਕਿਸੇ, ਮੇਰੇ ਹਸਬੈਂਡ ਜਿੱਦਾਂ ਆਰਮੀ 'ਚ ਹੈਗੇ, ਮੈਂ ਉਹਨਾਂ ਨੂੰ ਵੀ ਨਹੀਂ ਸੀ ਦੱਸਿਆ ਕਿ ਮੈਂ ਕੋਈ ਚੀਜ਼ਾਂ ਦਾ ਕੰਮ ਕਰਨ ਲੱਗੀ ਹਾਂ, ਅਤੇ ਬਾਅਦ 'ਚ ਮੈਂ ਮਤਲਬ ਜਦੋਂ ਸ਼ੁਰੂ ਕੀਤਾ ਕਾਫੀ ਮੈਨੂੰ ਨੈਗੇਟਿਵਿਟੀਜ਼ ਆਈਆਂ ਕਿ ਤੈਨੂੰ ਸ਼ਰਮ ਨਹੀਂ ਆਊਗੀ, ਤੂੰ ਇਦਾਂ ਦਾ ਕੰਮ ਕਰੇਂਗੀ, ਹੁਣ ਤੂੰ ਲੋਕਾਂ ਨੂੰ ਰੋਟੀ ਖਵਾਏਂਗੀ, ਦਸ ਦਸ ਰੁਪਏ ਦਸ ਦਸ ਰੁਪਏ ਤੂੰ ਇਕੱਠੇ ਕਰੇਂਗੀ, ਤੈਨੂੰ ਸ਼ਰਮ ਨਹੀਂ ਆਉਣੀ। ਮੈਂ ਕਿ ਨਹੀਂ ਆਉਣੀ। ਅੱਜ ਦੇ ਮੇਰੇ ਸਾਹਮਣੇ ਉਹ ਹਾਲਾਤ ਇਦਾਂ ਦੇ ਸੀਗੇ ਕਿਉਂਕਿ ਮੈਂ ਉਹ ਚੀਜ਼ਾਂ ਨੂੰ ਗਰੀਬੀ ਨਾਲ ਦੇਖਿਆ ਹੋਇਆ ਹੈ ਕਿ ਲੋਕ ਉਸ ਚੀਜ਼ ਦੇ ਨਾਲ ਕਿੱਦਾਂ ਗੁਜ਼ਰ ਰਹੇ ਸੀਗੇ। ਹਾਂਜੀ। ਔਰ ਇਹ ਸਹੀ ਕਿਹਾ ਜਾਂਦਾ ਨਾ ਕਿ ਜਦ ਤੱਕ ਆਪਾਂ ਕੋਈ ਵੀ ਜਿਹੜੀ ਪ੍ਰੋਬਲਮ ਆ, ਕੋਈ ਵੀ ਪਰੇਸ਼ਾਨੀ ਆਪਣੇ ਆਪ 'ਤੇ ਹੰਢਾਉਂਦੇ ਨਹੀਂ, ਆਪਾਂ ਬਹੁਤ ਬਾਖੂਬੀ ਉਸ ਚੀਜ਼ ਨੂੰ ਜਾਣ ਨਹੀਂ ਸਕਦੇ ਜਦੋਂ ਤੱਕ ਸਾਡੇ ਨਾਲ ਨਹੀਂ ਬੀਤਦੀ। ਹਾਂਜੀ ਹਾਂਜੀ। ਅਤੇ ਫਿਰ ਜਦੋਂ ਵੈਸੇ ਵੀ ਜਿੱਦਾਂ ਹੁਣ ਤੁਸੀਂ ਕਹਿੰਦੇ ਨੈਗੇਟਿਵਿਟੀ ਦਾ ਸਾਹਮਣਾ ਕਰਨਾ ਪਿਆ, ਜਦੋਂ ਆਪਾਂ ਕੁਛ ਚੰਗਾ ਕਰਦੇ ਉਦੋਂ ਹੀ ਵਿਰੋਧ ਹੁੰਦਾ, ਇਹਦਾ ਮਤਲਬ ਵਿਰੋਧ ਹੋ ਰਿਹਾ ਤਾਂ ਮਤਲਬ ਤੁਸੀਂ ਚੰਗਾ ਕਰ ਰਹੇ ਹੋ। ਹਾਂਜੀ ਬਿਲਕੁਲ ਬਿਲਕੁਲ, ਵਿਰੋਧ ਕਰ ਰਹੇ। ਹਾਂਜੀ ਮੈਮ, ਇਹ ਤਾਂ ਹੈਗੀ ਆ, ਜਦ ਆਪਾਂ ਕੋਈ ਵੀ ਵਧੀਆ ਕੰਮ ਕਰਦੇ ਹਾਂ ਨਾ, ਉਸ ਚੀਜ਼ ਨੂੰ ਦੇਖਦੇ ਹੋਏ ਨਾ ਲੋਕ ਬਹੁਤ ਜ਼ਿਆਦਾ ਮਤਲਬ ਉੱਠ ਕੇ ਆਉਂਦੇ ਆ। ਹੁਣ ਮੈਨੂੰ ਕਾਰਪੋਰੇਸ਼ਨ ਵਾਲੇ ਬੜਾ ਤੰਗ ਕਰਦੇ ਆ। ਓਕੇ। ਅਤੇ ਮੈਨੂੰ ਕਹਿੰਦੇ ਕਿ ਤੁਸੀਂ ਲੋਕਾਂ ਨੂੰ, ਗਰੀਬ ਲੋਕਾਂ ਨੂੰ ਖਵਾਉਣਾ ਨਹੀਂ ਖਵਾਉਣਾ ਹੈਗਾ, ਤੁਸੀਂ ਇੱਥੇ ਖਾਣਾ ਨਹੀਂ ਖਵਾ ਸਕਦੇ, ਜਿੱਥੇ ਮਰਜ਼ੀ ਜਾ ਕੇ ਲੰਗਰ ਲਾਓ, ਇੱਦਾਂ ਕਰੋ ਉਦਾਂ ਕਰੋ, ਬਹੁਤ ਜ਼ਿਆਦਾ ਮੈਨੂੰ ਪ੍ਰੈਸ਼ਰਾਈਜ਼ ਕਰਦੇ ਪਏ ਆ। ਕਾਫੀ ਲੋਕ ਇੱਦਾਂ ਦੇ ਸੀਗੇ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਨਹੀਂ ਜੀ ਤੁਸੀਂ, ਅਸੀਂ ਤੁਹਾਡੇ ਨਾਲ ਸੈਟਅਪ ਤਿਆਰ ਕਰਵਾਉਂਦੇ ਹਾਂ, ਤੁਸੀਂ ਸਾਨੂੰ ਮਤਲਬ ਸਾਡਾ ਹਿੱਸਾ ਦੇ ਦਿਆ ਕਰੋ। ਅਤੇ ਇਹਦੇ ਵਿੱਚ ਮੈਂ ਉਹਨਾਂ ਨੂੰ ਕੀ ਹਿੱਸਾ ਦੇ ਦੇਵਾਂ, ਤਾਂ ਮੈਂ ਕੀ ਆਪ ਰੱਖ ਲਵਾਂ। ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਮੈਂ ਦੋ ਲੇਡੀਜ਼ ਹਾਇਰ ਕੀਤੀਆਂ ਹੋਈਆਂ,
तो मेरे को लड़का भी है इन्हों की भी मैं सैलरी वगैरह सब कुछ कटना हों तो 20 रुपए के निकल जाता है नो डाउट कि निकलता नहीं है निकल जाता है बट लोग है जोड़ा है ना इन्होंने एक चंगा काम करने वाले अपने ना इतने की हैगीटैलिटी लगा लो कि खासियत लगा लो कि उस चीज़ को अगे वधन नहीं अपना देना है कोई वधिया काम करना चाहता है ना उन्होंने वो करन नहीं दोगे खास करके एक लेडीज़ को जबकि चाहिए साढ़े सिस्टम के चीज़ा होनिया चाहिए आ कि जो लॉकडाउन या कुछ भी इदा का होंगे आ या कोई इदा की त्रासदी ना भी आए हरेक इंसान जोड़ा है उन्होंने पेट भर के रोटी जरूर मिलनी चाहिए आ बाकी हरेक तरह की परेशानी आप झल लें पर जोड़ा खाली पेट आ यह जो दर्द है परमात्मा किसी ना दे और बहुत दुख हों देख के कि जिदा तुम चंगा कर रहे हो साथ देने की बजाय जोड़ा साडा सिस्टम आडे अगेंस्ट आ है ना बहुत दिल दुखदा आ सो पर मैम लोगों का थानू कि साथ मिलता है लोगों का जी मैं बहुत साथ है या काफ़ी जेडे लोग मेरे न जुड़े आ मेरे को 200-250 बंदा डेली खाना खाता है जी एक जिदा ला लो कि जिदा आप गुरुद्वारे जाइए या मंदिरों जाइए या उतने जाके अपना लंगर खाते हैं वह भी बेचारे इतने आते हैं 20 रुपए देंगे तो लंगर रोटी खा के चले जाते उन्होंने ये रोटी बहुत वधिया लगती है जिदे मैं हूँ पहला मैं मक्की की रोटी के साग भी किया हूँ सर्दियाँ सर्दियाँ रहे अपने को अज तो मैं इन्हों के लिए चावल चपाती सैलड तो सब्जी मेरे को डेली रूटीन चेंज होया करेगी मैं ये चाहनी हाँ कि हर एक बंदा वधिया रोटी खावे तो फ्रैश खाना खा बिल्कुल मैम जेना तुसी मतलब इदा क्या कि डेली चेंज करिया करनी दाल सब्जी ये मतलब थानू आ के लोग भी कहते हैं कि आप चीज़ खानी जा खाने मन करता जा आप ही सोचते कि चेंज थोड़ा जा नहीं डेली देखो एक चीज़ का अगर मैं रोज ही दाल मतलब वाइट चने बना लिया वा या मतलब डेली कढ़ी बना के लिया वा तो लोगों का वह टेस्ट रहना नहीं है अगर लोगों को एक सब्जी डेली रूटीन चेंज मिलेगी ना तो नैचुरली है कि उन्होंने भी टेस्ट सही रहेगा तो मैनू भी मतलब खनवान च वधिया लगेगा आपां भी हुण अपने घर की गल करिए डेली भी एक चीज़ नहीं खा सकते हैं तो अपन भी ये चीज़ रहा है कि नहीं अज अगर दाल बनाइए कि कल सब्जी बना लीए जे रोज़ सब्जी चलती पी है तो साडा मन करता है कि नहीं आ दाल बना लीए तो मैम इदा के लोग भी मतलब कोई ना कोई इदा के परसन भी आते जेडे बेचारे कि 20 रुपए देने भी असमर्थ होंगे बिल्कुल जी काफ़ी लोग इदा के आते हैं हूँ तुम देखा ही सी कि जेडे है लेडीज़ जदों तो मैं इतने आई हाँ और लेडीज़ मेरे को फ्री से ही खाते हैं मंगन वाले आते काफ़ी लोग इदा के है जिन्हों के कोई पैसे नहीं है नहीं है कोई गल नहीं तुम अगर भुखे हो आके रोटी खा सकते हो अगर तुहाडे कोल नहीं 20 रुपए भी है जिदे को जिन्हें भुखते हो दे जाता है कोई इशू नहीं है जी तुहानू जिदा हुण पता है कि लोग तुहाडे टेस्ट नू पसंद करते हैं है ना या तुहानू प्यार करते तो तुहानू मतलब तुहाडे मन च नहीं इदा हुंदा कि मैं भी हुण थोड़े जिहे जिहड़ा रेट वधा देवां 20 रुपए की जगह पर थाली जिहड़ी उह 25 या 30 दी हो जाए नहीं मैडम एक्चुअली पहले मैं दसदा करती सी हूँ मैं रेट वधाई दिता सी क्योंकि मैं मक्की की रोटी के साग के बड़ी लेबर मैंने पैंती सी मेहनत बहुत हाँ जी मेहनत बहुत सी मैं जाके रेट वधाया आ तो हूँ मैं उन्होंने उन्होंने यही रेट ही चलना है 20 रुपीज उस तो ज़्यादा मैं नहीं वधा सकती हैगी क्योंकि मेरा अपना मन जड़ा है ना मानता नहीं पाया कि मैं उस चीज़ को अगे वधा के क्योंकि अगर मैं उस चीज़ को अगे वधा देवगी ना गरीब लोग फिर गल तो उत्थे ही आ जांदी है जी अपने प्रॉफिट लॉस बारे सोचिया तो फिर आप जिहड़ी सेवा आ नहीं पा सकते हाँ जी आप तो मैम जो फिर लोग इदा रोटी खा के जाते बहुत खुश होंगे वैसे भी जो आप पैसों की गल ना करिए घर भी आप जो अपने फैमिली के लिए भी आप रोटी पानी बनाने कहा जाता ना कि जो आप पूरे मन के नाल बनाने तो वो जो वक्रा ही स्वाद आता है ना इतने तो मतलब जी भावना के नाल तुसी लोगों असी देखिया भी जो आए हैं कि बहुत प्यार दे नाल तुसी आप परोस के दिने उन्होंने है ना कोई ये नहीं है कि हाँ पैसे ले ले मिले नहीं मिले फिर उन्होंने प्रॉपरली पूछा भी जाता कि हाँ थानू मिल गई है और असी भी देखिया कि जेड़े आडे को कह लिए आप कि रोटी की थोड़ी स्पीड स्लो आ बट जेडे खाण वाले आ थानू प्यार करन वाले उन्हां दी गिनती जेड़ी आ हाँ वध आ वध है उन्हां दी गिनती वध बहुत सोहना लगा सानू ये देख के और साडा भी यही कहना आ कि जिदा इस भैन ने यह काम शुरू किया आपू भी अपने आले दुआले जो भी आप कर सकते हैं किसी के भले के लिए आपू करना चाहिए आ और जे नहीं भी कर सकते तो एटलीस्ट जे कोई चंगा करता है तो वो
ਸਾਨੂੰ ਸਪੋਰਟ ਦੇ ਲਈ ਜ਼ਰੂਰ ਖੜੇ ਹੋਣਾ ਚਾਹੀਦਾ ਨਾ ਕਿ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਆ ਕਿਉਂਕਿ ਜਿਹੜੇ ਇੱਥੇ 20 ਰੁਪਏ ਦੇ ਵਿੱਚ ਲੰਗਰ ਛੱਕ ਕੇ ਜਾਂਦੇ ਆ ਉਹ ਵੀ ਸਾਡੇ ਵਰਗੇ ਹੀ ਸਾਡੇ ਹੀ ਭੈਣ ਭਰਾ ਆ ਔਰ ਇਹ ਭੈਣ ਜਿਹਨੇ ਇਸ ਭਾਵਨਾ ਦੇ ਨਾਲ ਇਹ ਸੇਵਾ ਸ਼ੁਰੂ ਕੀਤੀ ਇਹ ਵੀ ਸਾਡੇ ਵਿੱਚੋਂ ਹੀ ਆ ਸੋ ਸਾਡਾ ਵੀ ਇਹ ਫਰਜ਼ ਬਣਦਾ ਆ ਕਿ ਜੇ ਇਹ ਚੰਗਾ ਕੰਮ ਕਰ ਰਹੇ ਇਹਨਾਂ ਦੀ ਖਿਲਾਫਤ ਹੋ ਰਹੀ ਆ ਤੇ ਆਪਾਂ ਉਸ ਖਿਲਾਫਤ ਦਾ ਹਿੱਸਾ ਨਾ ਬਣ ਕੇ ਆਪਾਂ ਇਹਨਾਂ ਦੀ ਸਪੋਰਟ ਕਰਨੀ ਆ ਕਿਉਂਕਿ ਜਿਹੜੇ ਖਿਲਾਫਤ ਕਰਨ ਵਾਲੇ ਆ ਜਿੱਦਾਂ ਭੈਣ ਨੇ ਦੱਸਿਆ ਕਿ ਉਹ ਕਹਿੰਦੇ ਕਿ ਸਾਨੂੰ ਆਪਣਾ ਹਿੱਸਾ ਚਾਹੀਦਾ ਆ ਪਰ ਜਦੋਂ ਆਪਾਂ ਲੰਗਰ ਛਕਾਉਣ ਦੀ ਜਾਂ ਕਿਸੇ ਦਾ ਪੇਟ ਭਰਨ ਦੀ ਗੱਲ ਕਰਦੇ ਹਾਂ ਤੇ ਫਿਰ ਉੱਥੇ ਲਾਲਚ ਆ ਜਾਂਦਾ ਤੇ ਫਿਰ ਉਹ ਸਵਾਦ ਵੀ ਮੇਰੇ ਹਿਸਾਬ ਨਾਲ ਰੋਟੀ ਦਾ ਘੱਟ ਜਾਂਦਾ ਆ ਕਿਉਂਕਿ ਇਹ ਪੈਸਿਆਂ ਦੀ ਨਹੀਂ ਇਹ ਭਾਵਨਾ ਦੀ ਸੇਵਾ ਆ ਜਿਹੜੀ ਕਿ ਨਿਭਾਉਣ ਦੇ ਲਈ ਭਾਵਨਾ ਹੀ ਜ਼ਰੂਰੀ ਆ ਨਾ ਕਿ ਫਾਇਦਾ ਆਪਣਾ ਸੋਚਣਾ ਸੋ ਮੈਮ ਤੁਹਾਡੀ ਫੈਮਿਲੀ ਦੇ ਵਿੱਚ ਹੋਰ ਕੌਣ ਕੌਣ ਆ ਮੇਰੇ ਹਸਬੈਂਡ ਆਰਮੀ ਦੇ ਵਿੱਚ ਹੈਗੀ ਆ ਬੇਟੇ ਹੈਗੇ ਇੱਕ ਬੇਟਾ ਅਬਰੋਡ 'ਚ ਹੈਗੀ ਆ ਅਤੇ ਕਹਿੰਦੀ ਹੈ ਮੇਰੇ ਕੋਲ ਹਾਂਜੀ ਅਤੇ ਤੁਹਾਡੇ ਹਸਬੈਂਡ ਨੇ ਅਤੇ ਬੱਚਿਆਂ ਨੇ ਉਸ ਟਾਈਮ 'ਤੇ ਜਦੋਂ ਤੁਸੀਂ ਇਹ ਸ਼ੇਅਰ ਕੀਤਾ ਕਿ ਆਈਡੀਆ ਆ ਰਿਹਾ ਤੁਹਾਨੂੰ ਮਤਲਬ ਕੀਤਾ ਸਪੋਰਟ ਮੇਰੇ ਬੜੇ ਬੇਟੇ ਨੇ ਬਹੁਤ ਸਪੋਰਟ ਕੀਆ ਜੀ ਮੁਝੇ ਯਹਾਂ ਤੱਕ ਕਿ ਉਹ ਸੁਬਾਹ ਉੱਠ ਕੇ ਮੇਰੇ ਸਾਥ ਹੈਲਪ ਵੀ ਕਰਵਾਤਾ ਥਾ ਲੋਕੋਂ ਕੇ ਵੈਲ ਵਿਸ਼ਿਸ ਕੇ ਜੋ ਲੋਕੋਂ ਨੇ ਉਸਕੋ ਵਿਸ਼ਿਸ ਦੀ ਹੈ ਨਾ ਅੱਜ ਉਨਕੀ ਬਦੌਲਤ ਹੀ ਮੇਰਾ ਬੇਟਾ ਬਾਹਰ ਹੈ ਸੋ ਮਤਲਬ ਤੁਹਾਨੂੰ ਜੋ ਵੀ ਕੁਛ ਫੇਸ ਕਰਨਾ ਪਿਆ ਜਾਂ ਹੁਣ ਕਰਨਾ ਪੈਂਦਾ ਆ ਉਹ ਸਭ ਤੋਂ ਉੱਪਰ ਲੱਗਦਾ ਕਿ ਲੋਕਾਂ ਨੇ ਪਿਆਰ ਲੋਕਾਂ ਦੀਆਂ ਜੋ ਦੁਆਵਾਂ ਨੇ ਨਾ ਨੈਗਟਿਵਿਟੀ ਤਾਂ ਉਹਦੇ ਅੱਗੇ ਕੁਛ ਵੀ ਨਹੀਂ ਹੈਗੀ ਜਿਹੜੀਆਂ ਲੋਕਾਂ ਦੀ ਦੁਆਵਾਂ ਮੈਨੂੰ ਮਿਲ ਜਾਂਦੀਆਂ ਨੈਗਟਿਵਿਟੀ ਆਉਂਦੀ ਹੈ ਚਲੀ ਜਾਂਦੀ ਆ ਥੋੜ੍ਹਾ ਜਿਹਾ ਮੈਂ ਵੀ ਸਟਰਗਲ ਕਰ ਲੈਂਦੀ ਹਾਂ ਜਿਹੜਾ ਕੋਈ ਆਉਂਦਾ ਜੀ ਬਹਿਸ ਕਰ ਲਈ ਦੀ ਆ ਹੋਰ ਕੁਛ ਨਹੀਂ ਹੈਗਾ ਅਤੇ ਬਾਕੀ ਇਹ ਹੈਗਾ ਜਦ ਤੱਕ ਜਿੰਦੇ ਹੈਗੇ ਹਾਂ ਜਦ ਤੱਕ ਕਰਾਂਗੇ ਜੀ ਸੇਵਾ ਲਾਈਫ ਹੀ ਸਟਰਗਲ ਦਾ ਨਾਮ ਹੀ ਲਾਈਫ ਆ ਦੂਸਰਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਾਕੀ ਇਹ ਹੈਗਾ ਜਦ ਤੱਕ ਆਪਣੇ ਕੋਲ ਬਸ ਇੱਕ ਮੈਨੂੰ ਕਹਿੰਦੇ ਆ ਕਿ ਸਿਸਟਮ ਮੈਨੂੰ ਤੰਗ ਨਾ ਕਰੇ ਪ੍ਰਸ਼ਾਸਨ ਮੈਨੂੰ ਤੰਗ ਨਾ ਕਰੇ ਮੈਂ ਇਸ ਸੇਵਾ 'ਚ ਕਦੇ ਵੀ ਮਤਲਬ ਕੋਈ ਅਣਗਹਿਲੀ ਨਹੀਂ ਆਉਣ ਦੇਵਾਂਗੀ ਇਹ ਸੇਵਾ ਲਗਾਤਾਰ ਚੱਲਦੀ ਰਹੇਗੀ ਬਿਲਕੁਲ ਸੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਸੋ ਆਈ ਹੋਪ ਕਿ ਸਾਡੇ ਸਿਸਟਮ ਦੇ ਵਿੱਚ ਵੀ ਇੱਦਾਂ ਦੀ ਜਿਹੜੀ ਭਾਵਨਾ ਇੱਦਾਂ ਦੀ ਭਾਵਨਾ ਵਾਲੇ ਲੋਕ ਜਿਹੜੇ ਆਉਣੇ ਚਾਹੀਦੇ ਆ ਸੋ ਹੁਣ ਮੈਮ ਇਲੈਕਸ਼ਨਸ ਆ ਰਹੀਆਂ ਹੈ ਨਾ ਕਿ ਬਹੁਤ ਜਗ੍ਹਾ ਜਗ੍ਹਾ ਪ੍ਰਚਾਰ ਚੱਲ ਰਿਹਾ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਸੋ ਲੋਕਾਂ ਨੂੰ ਕਿਉਂਕਿ ਤੁਹਾਡੇ ਕੋਲ ਜਿਹੜੇ ਲੋਕ ਆਉਂਦੇ ਆ ਨਾ ਉਹਨਾਂ ਦਾ ਪਾਰਟੀਬਾਜ਼ੀ ਤੋਂ ਬਹੁਤ ਦੂਰ ਆ ਉਹ ਲੋਕ ਹੈ ਨਾ ਸੋ ਉਹਨਾਂ ਲੋਕਾਂ ਦੇ ਮਤਲਬ ਵਿਚਾਰ ਦੇਖ ਕੇ ਜਾਂ ਉਹਨਾਂ ਦੇ ਹਾਲਾਤ ਦੇਖ ਕੇ ਤੁਹਾਡਾ ਆਮ ਲੋਕਾਂ ਨੂੰ ਕੀ ਮਤਲਬ ਕੋਈ ਹੈ ਸੁਜੈਸ਼ਨ ਵੀ ਵੋਟ ਪਾਉਣ ਦੇ ਲਈ ਕਿਹੜੀ ਚੀਜ਼ ਧਿਆਨ 'ਚ ਰੱਖਣੀ ਚਾਹੀਦੀ ਹੈ ਮੈਂ ਤਾਂ ਜੀ ਦੇਖੋ ਇੱਕ ਚੀਜ਼ ਕਹਿਣਾ ਚਾਹਾਂਗੀ ਕਿ ਵੋਟ ਇੱਕ ਇੱਕ ਸਾਡੀ ਇੱਕ ਇੱਕ ਵੋਟ ਕੀਮਤੀ ਹੁੰਦੀ ਆ ਆਪਣੀ ਵੋਟ ਚੰਗੀ ਤਰ੍ਹਾਂ ਕਿਉਂਕਿ ਅਸੀਂ ਉਸ ਸਿਸਟਮ ਨੂੰ 5 ਸਾਲ 'ਚ ਲਾਉਣਾ ਆ ਇੱਕ ਬੰਦੇ ਨੂੰ ਆਪਾਂ ਜਿਸ ਨੂੰ ਵੀ ਵੋਟ ਪਾਉਣੀ ਆ ਕਿਸੇ ਵੀ ਪਾਰਟੀ ਨੂੰ ਪਾਉਣੀ ਆ ਆਪਾਂ ਉਹਨੂੰ ਦੇਖ ਪਰਖ ਕੇ ਪਾਈਏ ਤਾਂ ਕਿ ਆਪਣੇ ਆਉਣ ਵਾਲੇ 5 ਸਾਲ ਜਿਹੜੇ ਹੈਗੇ ਆ ਉਹ ਸੁੱਖ ਨਾਲ ਕੱਟ ਜਾ ਸਕਣ ਬਿਲਕੁਲ ਸੋ ਇੱਥੋਂ ਇੱਕ ਹੋਰ ਵੀ ਜਿਹੜੇ ਆਪਾਂ ਕਹਿੰਦੇ ਨਾ ਕਿ ਲੋਕ ਕਹਿੰਦੇ ਆ ਕਿ ਬਹੁਤ ਮਤਲਬ ਅਸੀਂ ਖਾਲੀ ਆ ਕਰਨ ਨੂੰ ਕੁਛ ਨਹੀਂ ਹੈਗਾ ਕਰਨ ਦੇ ਲਈ ਜ਼ਰੂਰੀ ਨਹੀਂ ਕਿ ਆਪਾਂ ਨੂੰ ਫਾਈਨੈਂਸ਼ੀਅਲੀ ਜਿਹੜੀ ਬਹੁਤ ਆਪਣੇ ਕੋਲ ਇਨਵੈਸਟਮੈਂਟ ਕਰਨੀ ਪੈਂਦੀ ਆ ਜੇ ਆਪਾਂ ਕਰਨਾ ਹੋਵੇ ਤਾਂ ਆਪਾਂ ਗਰਾਊਂਡ ਲੈਵਲ 'ਤੇ ਰਹਿ ਕੇ ਵੀ ਜਿਹੜੇ ਚੰਗੇ ਕੰਮ ਆ ਉਹ ਸ਼ੁਰੂਆਤ ਜ਼ਰੂਰ ਕਰ ਸਕਦੇ ਬਿਲਕੁਲ ਜੀ ਮੈਮ ਬਿਲਕੁਲ ਕਰ ਸਕਦੇ ਆ ਜੀ ਸੋ ਥੈਂਕ ਯੂ ਮੈਮ ਗੱਲ ਕਰਨ ਲਈ ਬਹੁਤ ਮਤਲਬ ਵਧੀਆ ਲੱਗਾ ਦੇਖ ਕੇ ਵੀ ਐਂਡ ਅਸੀਂ ਹੋਪ ਕਰਦੇ ਹਾਂ ਕਿ ਸਾਡੇ ਜਿਹੜੇ ਦਰਸ਼ਕ ਆ ਉਹ ਵੀ ਜ਼ਰੂਰ ਤੁਹਾਨੂੰ ਪਿਆਰ ਦੇਣਗੇ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਜਦੋਂ ਵੀ ਤੁਸੀਂ ਜਲੰਧਰ ਆਓ ਤਾਂ ਤੁਸੀਂ ਇੱਥੇ ਇੱਕ ਵਾਰੀ ਜ਼ਰੂਰ ਆਓ ਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਆਈ ਹੋਪ ਕਿ ਸਾਰਿਆਂ ਨੂੰ ਵਧੀਆ ਲੱਗੀ ਹੋਏਗੀ ਸੋ ਆਪਾਂ ਬਹੁਤ ਜਲਦੀ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਸੀਂ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ ਅਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜੇ ਲੋਕ ਆਲੇ ਦੁਆਲੇ ਇਸ ਏਰੀਏ ਦੇ ਹੈਗੇ ਆ ਘੱਟੋ ਘੱਟ ਉਹ ਇੱਥੇ ਆ ਕੇ ਜ਼ਰੂਰ ਇਸ ਭੈਣ ਦੇ ਕੋਲ ਜਿਹੜਾ ਪੇਟ ਭਰ ਕੇ ਉਹ ਰੋਟੀ ਖਾ ਸਕਣ ਸੋ ਥੈਂਕ ਯੂ ਸੋ ਮੱਚ